ਮੇਰਾ ਨਾਮ ਭੁਪਿੰਦਰ ਕੌਰ ਹੈ ਅਤੇ ਮੈਂ ਨਾਮਧਾਰੀ ਸੰਸਥਾ ਨਾਲ ਰਿਲੇਟਿਡ ਹਾਂ ਜੀ। ਅਤੇ ਮੈਂ ਅਤੇ ਮੇਰੀ ਟੀਮ ਠਾਕੁਰ ਦਲੀਪ ਸਿੰਘ ਜੀ ਦੀ ਪ੍ਰੇਰਣਾ ਦੇ ਅਨੁਸਾਰ ਅਸੀਂ ਬੱਚਿਆਂ ਨੂੰ ਜਿਹੜਾ ਐਜੂਕੇਸ਼ਨ ਬਾਰੇ ਸਿੱਖਿਆ ਬਾਰੇ ਅਵੇਅਰ ਕਰਦੇ ਹਾਂ ਜੀ, ਕਿਉਂਕਿ ਸਿੱਖਿਆ ਜਿਹੜੀ ਹੈ ਨਾ ਉਹ ਬਹੁਤ ਜ਼ਰੂਰੀ ਹੈ। ਗਿਆਨ ਹੋਵੇਗਾ ਅਤੇ ਚੰਗੇ ਬੁਰੇ ਦਾ ਬੱਚੇ ਫਰਕ ਸਮਝ ਲੈਣਗੇ। ਅਤੇ ਸਾਡੀ ਜਿਹੜੀ ਸੰਸਥਾ ਹੈ ਉਹ ਬੱਚਿਆਂ ਨੂੰ ਸਿੱਖਿਆ ਦੇ ਨਾਲ ਨਾਲ ਹਰ ਤਰ੍ਹਾਂ ਦੀ ਸਿੱਖਿਆ ਪ੍ਰੋਵਾਈਡ ਕਰਦੀ ਹੈ, ਜਿਵੇਂ ਨੈਤਿਕਤਾ ਦੀ ਸਿੱਖਿਆ, ਆਪਣਾ ਆਲਾ ਦੁਆਲਾ ਸਾਫ਼ ਰੱਖਣਾ, ਅਤੇ ਜਿਹੜੀਆਂ ਸਮਾਜ ਦੀਆਂ ਜਿਹੜੀਆਂ ਕੁਰੀਤੀਆਂ ਨੂੰ ਸਮਝਣ ਵਾਸਤੇ ਬੱਚਿਆਂ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕੀ ਚੰਗਾ ਹੈ ਕੀ ਬੁਰਾ ਹੈ। ਕਿਉਂਕਿ ਜਿਵੇਂ ਹੁਣ ਸਭ ਤੋਂ ਵੱਡੀ ਗੱਲ ਜਿਹੜੀ ਚੱਲ ਰਹੀ ਹੈ ਨਸ਼ਿਆਂ ਦੀ, ਅਤੇ ਨਸ਼ਿਆਂ ਬਾਰੇ ਅਵੇਅਰ ਕੀਤਾ ਜਾਂਦਾ ਬੱਚਿਆਂ ਨੂੰ, ਉਹਦੇ ਬਾਰੇ ਦੱਸਿਆ ਜਾਂਦਾ ਹੈ, ਕੁੜੀਆਂ ਨੂੰ ਚੰਗੀ ਸਿੱਖਿਆ ਦਿੱਤੀ ਜਾਂਦੀ ਹੈ, ਨੈਤਿਕਤਾ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਹ ਦੱਸਿਆ ਜਾਂਦਾ ਹੈ ਕਿ ਜਿਵੇਂ ਚੰਗਾ ਮਾੜਾ ਕੀ ਕਰਨਾ ਹੈ ਕੀ ਨਹੀਂ ਉਹਦੇ ਬਾਰੇ ਦੱਸਿਆ ਜਾਂਦਾ ਹੈ। ਅੱਜ ਸਕੂਲ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਜਾਂਦਾ ਹੈ ਕਿ ਜਿਹੜੇ ਬੱਚੇ ਨੇ ਸਾਡੀ ਸੰਸਕ੍ਰਿਤੀ ਨਾਲ ਜੁੜਨ, ਸਾਡੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਨੇ, ਭੁੱਲ ਕੇ ਹੀ ਜਿਹੜੇ ਆ ਉਹ ਗਲਤ ਪਾਸੇ ਜਾ ਰਹੇ ਨੇ। ਇਸੇ ਅਸੀਂ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇੱਥੇ ਦਿਨ ਰੱਖਿਆ ਹੈ ਅਤੇ ਉਹਦੇ ਅਨੁਸਾਰ ਅਸੀਂ ਦੁੱਧ ਦਾ ਲੰਗਰ ਲਗਾਇਆ ਹੈ ਜੀ, ਕਿਉਂਕਿ ਜੇ ਜਾਣਨਗੇ ਸਾਰੇ ਉਹਨਾਂ ਦੀ ਸਿੱਖਿਆਵਾਂ 'ਤੇ ਚੱਲਣਗੇ। ਸਾਡੀ ਸੰਸਥਾ ਤਾਂ ਪੁਰਾਣੀ ਹੈ ਪਰ ਅਸੀਂ ਇਹਦੇ ਨਾਲ ਕੋਈ 10 ਸਾਲਾਂ ਤੋਂ ਜੁੜੇ ਹੋਏ ਹਾਂ। ਇਹ ਸ਼ਹਿਰ ਵਿੱਚ ਵੱਖ ਵੱਖ ਥਾਵਾਂ 'ਤੇ ਜਾ ਕੇ ਅਸੀਂ ਬੱਚਿਆਂ ਨੂੰ ਪ੍ਰੇਰਿਤ ਕਰਦੇ ਹਾਂ ਕਿ ਪੜ੍ਹੋ, ਗਿਆਨਵਾਨ ਬਣੋ, ਗਿਆਨਵਾਨ ਬਣੋਗੇ ਅਤੇ ਆਪਣਾ ਜਿਹੜਾ ਭਵਿੱਖ ਸੰਵਾਰ ਲਵੋ। ਸਾਡੀ ਸੰਸਥਾ ਵੱਲੋਂ ਇਸ ਅੰਮ੍ਰਿਤਸਰ ਸ਼ਹਿਰ ਵਿੱਚ ਕੋਈ 250 ਬੱਚਾ ਹੈ ਜਿਹੜਾ ਸਾਡੀਆਂ ਸੇਵਾਵਾਂ ਦਾ ਫਾਇਦਾ ਲੈ ਰਿਹਾ ਹੈ। ਜਹਾਜਗੜ੍ਹ, ਬਡਾਲੀ, ਛਿਆਟੇ, ਨਰੈਣਗੜ੍ਹ, ਉੱਥੇ ਵੱਖ ਵੱਖ ਥਾਵਾਂ ਉੱਤੇ ਜਿਹੜਾ ਅਸੀਂ ਬੱਚਿਆਂ ਨੂੰ ਸਿੱਖਿਆ ਦੇ ਰਹੇ ਹਾਂ ਅਤੇ ਸਿਲਾਈ ਸੈਂਟਰ, ਕੰਪਿਊਟਰ ਕੋਰਸਿਸ ਕਰਵਾਏ ਜਾਂਦੇ ਨੇ ਅਤੇ ਬੱਚਿਆਂ ਨੂੰ ਸਿੱਖਿਆ। ਤੁਹਾਡੇ ਵੱਲੋਂ ਸੈਂਟਰ ਹਲਕੇ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਸਿਲਾਈ ਸੈਂਟਰ ਖੁੱਲ੍ਹੇ ਜਾਂ ਕਿਸੇ ਇਲਾਕੇ ਦੇ ਵਿੱਚ? ਇਸ ਦੇਖੋ ਜੀ, ਇਲਾਕਾ ਵਾਸੀ ਸਾਡਾ ਸਹਿਯੋਗ ਬਹੁਤ ਕਰ ਰਹੇ ਨੇ, ਕੌਂਸਲਰ ਸਾਹਿਬ ਸਾਡਾ ਸਹਿਯੋਗ ਕਰਨਗੇ ਅਤੇ ਫਿਰ ਅਸੀਂ ਇੱਥੇ ਵੀ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਲੋਕ ਜਿਹੜੇ ਆ ਨਾ ਉਹ ਠਾਕੁਰ ਦਲੀਪ ਸਿੰਘ ਜੀ ਸਾਨੂੰ ਇਹ ਕਹਿੰਦੇ ਹੁੰਦੇ ਸੀ ਕਿ ਕਿਸੇ ਨੂੰ ਕੋਈ ਰੋਟੀ ਦਾਨ ਕਰਨੀ, ਰੋਟੀ ਦੇਣੀ ਉਹ ਵੱਡਾ ਵਧੀਆ ਦਾਨ ਹੈ, ਪਰ ਰੋਟੀ ਜੋਗਾ ਕਰ ਦੇਣਾ ਜਿਹੜਾ ਨਾ ਉਹ ਸਭ ਤੋਂ ਵੱਡੀ ਚੀਜ਼ ਹੈ। ਅਤੇ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਬੱਚੀਆਂ ਖਾਸ ਕਰਕੇ ਆਪਣੀ ਪੈਰੀ ਸਟੈਂਡ ਹੋਣ, ਸਿਲਾਈ ਸਿੱਖਣ, ਪਾਰਲਰ ਕੋਰਸ ਕਰਨ, ਕਿਉਂਕਿ ਗਾਂ ਫਿਊਚਰ ਦਾ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕੀ ਸਮਾਂ ਕਿਹਦੇ 'ਤੇ ਹੁੰਦਾ ਹੈ ਅਤੇ ਜੋ 4 ਪੈਸੇ ਕਮਾਉਂਦੀਆਂ ਹੋਣਗੀਆਂ ਤਾਂ ਆਪਣੀ ਜ਼ਿੰਦਗੀ ਜਿਹੜੀ ਆ ਸੋਹਣੀ ਬਸਰ ਕਰ ਸਕਣਗੀਆਂ। ਨੌਜਵਾਨ ਪੀੜ੍ਹੀ ਨੂੰ ਇਹੋ ਹੀ ਸੰਦੇਸ਼ ਹੈ ਕਿ ਜਾਗੋ, ਉੱਠੋ ਅਤੇ ਆਪਣਾ ਫਿਊਚਰ ਜਿਹੜਾ ਉਹ ਸੰਭਾਲ ਲਵੋ। ਨਹੀਂ ਤਾਂ ਕੋਈ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ, ਆਪਣੀ ਸੰਸਕ੍ਰਿਤੀ ਨੂੰ ਭੁੱਲ ਜਾਂਦੀਆਂ ਨੇ ਨਾ ਉਹ ਖਤਮ ਹੋ ਜਾਂਦੀਆਂ ਨੇ। ਇਸ ਕਰਕੇ ਆਪਣੇ ਇਤਿਹਾਸ ਨੂੰ ਸੋਚੋ, ਵਿਚਾਰੋ, ਪੜ੍ਹੋ ਅਤੇ ਸਾਡਾ ਵੀ ਸਾਰਿਆਂ ਦਾ ਫਰਜ਼ ਬਣਦਾ ਹੈ, ਭਾਵੇਂ ਕੋਈ ਆਮ ਨਾਗਰਿਕ ਹੈ ਅਤੇ ਭਾਵੇਂ ਕੋਈ ਲੀਡਰ ਹੈ ਅਤੇ ਭਾਵੇਂ ਕੋਈ ਮੋਹਤਬਰ ਬੰਦਾ ਹੈ, ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਅਵੇਅਰ ਕਰੀਏ, ਇਸ ਚੀਜ਼ ਦਾ ਪ੍ਰਚਾਰ ਕਰੀਏ, ਸਾਰਿਆਂ ਨੂੰ ਇੱਕ ਹਲੂਣੀਏ। ਅਤੇ ਜੇ ਅਸੀਂ ਸਾਰੇ ਰਲ ਕੇ ਕੋਸ਼ਿਸ਼ ਕਰਾਂਗੇ ਤਾਂ ਵੀ ਬਿਲਕੁਲ ਸਾਡਾ ਸਾਰਿਆਂ ਬੱਚਿਆਂ ਦਾ, ਸਾਡਾ ਵੀ, ਜੇ ਉਹਨਾਂ ਦਾ ਭਵਿੱਖ ਉਜਲ ਹੈ ਤਾਂ ਸਾਡਾ ਆਪਣੇ ਆਪ ਹੀ ਹੋ ਜਾਣਾ। ਸਰਕਾਰੀ ਐਲੀਮੈਂਟਰੀ ਸਕੂਲ ਭਰਾੜੀਵਾਲ, ਮੈਂ ਸਕੂਲ ਮੁਖੀ ਹਰਮਨਦੀਪ ਸਿੰਘ। ਅੱਜ ਨਾਮਧਾਰੀ ਸੰਸਥਾ ਵੱਲੋਂ ਹਰ ਸਾਲ ਦੀ ਤਰ੍ਹਾਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹਾਂ। ਬੱਚਿਆਂ ਨੂੰ ਦੁੱਧ ਦੀ ਸੇਵਾ ਅਤੇ ਸਟੇਸ਼ਨਰੀ ਵੰਡੀ ਗਈ। ਮੈਂ ਬਹੁਤ ਹੀ ਧੰਨਵਾਦ ਹਾਂ ਭੈਣ ਜੀ ਭੁਪਿੰਦਰ ਕੌਰ ਜੀ ਦਾ ਅਤੇ ਉਹਨਾਂ ਦੇ ਨਾਲ
ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਰਦਾਰ ਸਨਪ੍ਰੀਤ ਸਿੰਘ ਭਾਟੀਆ ਜੀ, ਭੈਣ ਜੀ ਪ੍ਰੀਆ ਜੀ ਅਤੇ ਰਾਜੂ ਭਾਅ ਜੀ ਅਤੇ ਹੋਰ ਮੈਂਬਰ ਸਾਹਿਬਾਨ ਅਤੇ ਸਕੂਲ ਆਫ ਐਮੀਨੈਂਸ ਸ਼ਹਿਰਾਟਾ ਤੋਂ ਸਰਦਾਰ ਲੈਫਟੀਨੈਂਟ ਸਰਦਾਰ ਸੁਖਪਾਲ ਸਿੰਘ ਸੰਧੂ ਜੀ, ਮੈਂ ਇਹਨਾਂ ਸਾਰਿਆਂ ਦਾ ਬਹੁਤ ਹੀ ਧੰਨਵਾਦੀ ਹਾਂ ਕਿ ਇਹਨਾਂ ਨੇ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਬਾਰੇ, ਉਹਨਾਂ ਦੀ ਸ਼ਹਾਦਤ ਬਾਰੇ ਸਾਰੀ ਜਾਣਕਾਰੀ ਦਿੱਤੀ ਆ ਕਿ ਉਹਨਾਂ ਨੂੰ ਧਾਰਮਿਕ ਸਿੱਖਿਆ ਦੇ ਨਾਲ ਜੋੜਨ ਦੀ ਉਪਰਾਲਾ ਕੀਤਾ ਆ ਅਤੇ ਬੱਚਿਆਂ ਨੂੰ ਹੋਰ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ। ਪਹਿਲਾਂ ਤਾਂ ਸਾਰਿਆਂ ਨੂੰ ਫਤਿਹ ਕੁਰਬਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਾਹਿਬਜ਼ਾਦਿਆਂ ਦਾ ਜੋ ਸ਼ਹੀਦੀ ਦਿਨ ਚੱਲਦੇ ਪਏ ਨੇ, ਉਹਨਾਂ ਨੂੰ ਧਿਆਨ ਰੱਖਦੇ ਹੋਏ ਅੱਜ ਅਸੀਂ ਭਰਾੜੀਵਾਲ ਸਕੂਲ ਦੇ ਵਿੱਚ ਆਏ ਹਾਂ। ਉਹ ਸਾਡੇ ਭੈਣ ਜੀ ਭੁਪਿੰਦਰ ਕੌਰ ਜੀ, ਜੋ ਕਿ ਹਰ ਪੱਖੋਂ ਸੇਵਾ ਵੱਲ ਕੋਈ ਵੀ ਕੰਮ ਹੋਵੇ ਪਿੱਛੇ ਨਹੀਂ ਹੁੰਦੇ, ਅਤੇ ਇਹਨਾਂ ਦੀ ਜੋ ਸੰਸਥਾ, ਜੋ ਸਿਲਾਈ ਸੈਂਟਰ ਹੋ ਗਿਆ ਆਪਣਾ, ਬਿਊਟੀ ਪਾਰਲਰ ਦੇ ਹੋ ਗਏ ਸੈਂਟਰ, ਉਹ ਤੋਂ ਸਕੂਲਾਂ ਦੇ ਜੋ ਇਹ ਸੇਵਾ ਕਰ ਰਹੇ ਨੇ, ਅਤੇ ਖੁਸ਼ੀ ਹੁੰਦੀ ਹੈ ਕੋਈ ਭਰੀ ਕੋਈ ਸੰਸਥਾ ਕੋਈ ਅੱਗੇ ਆਵੇ। ਅਤੇ ਵੇਖੋ ਲੰਗਰ ਹਰ ਜਗ੍ਹਾ 'ਤੇ ਲੱਗਦੇ ਨੇ, ਜਿਹੜਾ ਸਿੱਖਿਆ ਦਾ ਲੰਗਰ ਹੈ ਉਹ ਟਾਵਾਂ ਟਾਵਾਂ ਹੀ ਲੱਗਦਾ। ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜੋ ਇੱਦਾਂ ਦੀ ਸੰਸਥਾ ਸਾਡੇ ਵਿੱਚ ਆਉਂਦੀਆਂ ਨੇ ਜੋ ਸਿੱਖਿਆ ਦਾ ਲੰਗਰ ਲਾਉਂਦੀਆਂ ਨੇ। ਔਰ ਅੱਜ ਜੋ ਮਹੱਤਵਪੂਰਨ ਦਿਨ ਆ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਦਿਨ, ਉਹ ਬੜਾ ਅਹਿਮ ਦਿਨ ਨੇ, ਆ ਜਿਹੜੇ ਦਿਨ ਚੱਲਦੇ ਬੜਾ ਅਹਿਮ ਦਿਨ ਨੇ। ਅਤੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਭੈਣ ਜੀ ਦਾ, ਉਹ ਪ੍ਰਿੰਸੀਪਲ ਸਾਹਿਬ ਦਾ, ਜੋ ਕਿ ਜੋ ਸਾਡੇ ਸਾਹਿਬਜ਼ਾਦਿਆਂ ਦੇ ਜੋ ਇਤਿਹਾਸ ਹੈ ਅਸੀਂ ਬੱਚਿਆਂ ਦੇ ਵਿੱਚ ਸ਼ੇਅਰ ਕਰ ਸਕੀਏ, ਪ੍ਰੋਵਾਈਡ ਕਰ ਸਕੀਏ ਔਰ ਉਹਨਾਂ ਨੂੰ ਯਾਦ ਕਰੀਏ ਜੋ ਠੰਡੇ ਬੁਰਜ ਦੇ ਵਿੱਚ ਜੋ ਉਹਨਾਂ ਦਿਨ ਹੰਢਾਏ ਨੇ, ਉਹਨੂੰ ਮਹਿਸੂਸ ਕਰ ਸਕੀਏ। ਅਤੇ ਮੈਂ ਸਾਰਿਆਂ ਨੂੰ ਫਿਰ ਇੱਕ ਅਪੀਲ ਕਰਾਂਗਾ, ਜੋ ਸਾਡੀ ਮਾਂ ਸਰਕਾਰ ਵੱਲੋਂ ਵੀ ਜੋ ਹੈਲਥ ਅਤੇ ਉਹ ਸ਼ਿਕਸ਼ਾ ਨੂੰ ਅੱਗੇ ਪ੍ਰੋਵਾਈਡ ਕਰਦੇ ਪਏ ਨੇ, ਇੱਦਾਂ ਹੀ ਜੋ ਸਾਡੀ ਇਹੀ ਸਾਡੀ ਪੀੜ੍ਹੀ ਆ ਜਿਹੜਾ ਕਿ ਆਉਣ ਵਾਲੇ ਸਮੇਂ ਦਾ ਭਵਿੱਖ ਬਣੇਗਾ, ਉਹੀ ਮਤਲਬ ਉਹੀ ਬੱਚਿਆਂ ਨੂੰ ਲੈ ਕੇ ਆਪਾਂ ਇਹੀ ਬੇਨਤੀ ਕਰਾਂਗੇ, ਮਤਲਬ ਕਿ ਸਾਰੀ ਜਿਹੜੀ ਸੰਗਤ ਹੈ ਉਹ ਚੰਗੇ ਪਾਸੇ ਜਾਵੇ ਔਰ ਮਤਲਬ ਕਿ ਗਾਂ ਚੰਗਾ ਕੋਈ ਨਾ ਕੋਈ ਕਦਮ ਲੈ ਕੇ ਆਵੇ।